ਸਾਨੂੰ ਸਤਿਕਾਰ ਜੋ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਦਾ ਆਪ ਸਭ ਆਨੰਦ ਮਾਣ ਰਹੇ ਹੋ। ਆਓ ਰਲ ਕੇ ਪਦੇ ਦੀ ਸਾਂਝ ਪਾਈਏ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਸਾਂਝੀ ਕਰੀਏ। ਸਾਰੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲ ਖਾਲਸਾ ਅਲਾਇੰਸ ਦੀ ਸਲੇਟ ਦੇ ਅੰਦਰ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਅੱਜ ਦਾ ਜੋ ਸਾਲ 1984 ਦੇ ਸੰਬੰਧ ਦੇ ਵਿੱਚ 30ਵੀਂ ਗਰੇਵੰਡ ਨੂੰ ਸਮਰਪਿਤ, ਸ਼ਹੀਦਾਂ ਨੂੰ ਸਮਰਪਿਤ ਅੱਜ ਦਾ ਜੋ ਇਹ ਕਵੀ ਦਰਬਾਰ ਗੁਰੂ ਘਰ ਇਸ ਬਰਾਂਡੇ ਦੀ ਸਮੁੱਚੀ ਕਮੇਟੀ ਦੇ ਸਹਿਯੋਗ ਨਾਲ ਅਤੇ ਆਪ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਜੋ ਉਲੀਕਿਆ ਗਿਆ ਪ੍ਰੋਗਰਾਮ ਆਪ ਸਾਰੀ ਸੰਗਤ ਸਰਵਣ ਕਰ ਰਹੇ ਹੋ, ਨਾਲ ਦੀ ਨਾਲ ਗਲੋਬਲ ਪੰਜਾਬ ਟੀਵੀ ਚੈਨਲ 739 ਦੇ ਉੱਪਰ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ। ਘਰੋਂ ਘਰ ਜੁੜੀਆਂ ਸੰਗਤਾਂ ਵੀ ਇਹ ਪ੍ਰੋਗਰਾਮ ਦਾ ਆਨੰਦ ਮਾਣ ਰਹੀਆਂ ਹਨ। 30 ਸਾਲ ਦੇ ਬਾਅਦ ਜੋ ਇਨਸਾਫ ਸਿੱਖ ਕੌਮ ਨੂੰ ਮਿਲਣਾ ਸੀ ਉਹਦੇ ਲਈ ਅੱਜ ਵੀ ਜਥੇਬੰਦੀਆਂ ਸੰਪਰਕਾਵਾਂ ਆਪਣੇ ਆਪਣੇ ਤੌਰ ਤਰੀਕਿਆਂ ਦੇ ਨਾਲ ਜੱਦੋ ਜਹਿਦ ਕਰਕੇ ਸੰਘਰਸ਼ ਨੂੰ ਅੱਗੇ ਤੋਰ ਰਹੀਆਂ ਹਨ। ਇਸੇ ਤਰ੍ਹਾਂ ਹੀ ਜੋ ਪ੍ਰਦੇਸ਼ਾਂ ਦੇ ਵਿੱਚ ਆ ਕੇ ਵਸੀ ਗੁਰੂ ਨਾਨਕ ਕਲੇਵਾ ਸਾਧ ਸੰਗਤ, ਉਹਨਾਂ ਨੇ ਵੀ ਆਪਣੇ ਤੌਰ ਤਰੀਕਿਆਂ ਦੁਆਰਾ ਵਿਦੇਸ਼ਾਂ ਦੇ ਵਿੱਚ ਆ ਕੇ ਆਪਣੀ ਆਵਾਜ਼ ਨੂੰ ਜਿਉਂਦੀ ਰੱਖਣ ਲਈ, ਆਪਣੀਆਂ ਜ਼ਮੀਰਾਂ ਨੂੰ ਜਿਉਂਦੀਆਂ ਰੱਖਣ ਲਈ ਆਪਣੇ ਆਪਣੇ ਤਰੀਕਿਆਂ ਦੇ ਨਾਲ ਕਾਰਜ ਅਰੰਭੇ ਹੋਏ ਹਨ। ਦਲ ਖਾਲਸਾ ਅਲਾਇੰਸ ਨੇ 2005 ਤੋਂ ਲੈ ਕੇ ਜੋ ਜੱਦੋ ਜਹਿਦ ਬੰਨੀ ਹੋਈ ਹੈ, ਦਲ ਖਾਲਸਾ ਅਲਾਇੰਸ ਦੀ ਸਲੇਟ ਦੇ ਅੰਦਰ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ, ਜਿਵੇਂ ਧੀਆਂ ਦੀ ਲੋਹੜੀ ਦੀ ਪਿਰਤ ਪਾਉਣੀ, ਉਹ ਵੀ ਇੱਕ ਬੜੀ ਸੰਘਰਸ਼ਪੂਰਨ ਤਰੀਕੇ ਦੇ ਨਾਲ ਸ਼ੁਰੂਆਤ ਹੋਈ। ਜਦੋਂ ਕਵੀ ਦਰਬਾਰ ਗੁਰੂ ਘਰਾਂ ਦੇ ਵਿੱਚ ਕਰਵਾਉਣ ਦੀ ਗੱਲ ਚੱਲੀ, ਬਹੁਤ ਕਈ ਗੱਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਕਈ ਚੀਜ਼ਾਂ ਦਾ ਰੰਗ ਢੰਗ ਬਿਲਕੁਲ ਬਦਲ ਜਾਂਦਾ। ਸ਼ਾਇਰਾਂ ਦੀ ਗਿਣਤੀ ਸਿਰਫ ਟੋਟ ਕੇ ਲਿਖਣ ਜੋਗੀ ਰਹਿ ਗਈ ਸੀ, ਪਰ ਆਪਾਂ ਇਹ ਚੀਜ਼ ਤੋਂ ਵਿਸਰ ਗਏ ਸੀ ਵੀ ਇਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੀ ਇੱਕ ਦਾਤ ਦੇ ਵਿੱਚੋਂ ਅਣਮੁੱਲੀ ਦਾਤ ਆ, ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਆਪਣੇ ਦਰਬਾਰ ਦੇ ਵਿੱਚ ਥਾਂ ਦਿੱਤੀ ਹੈ। ਸੋ ਉਹ ਆਪਣਾ ਸਭਿਅਤਾ, ਆਪਣਾ ਜੋ ਆਪਾਂ ਜਿਹਨੂੰ ਕਲਚਰ ਕਹਿੰਦੇ ਹਾਂ, ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਉਹ ਚੀਜ਼ ਨੂੰ ਜਿਉਂਦੀ ਜਾਗਦੀ ਰੱਖਣ ਲਈ ਜੋ ਜੱਦੋ ਜਹਿਦ ਜਾਰੀ ਹੈ, ਉਹ ਚੀਜ਼ ਦਾ ਅੱਜ ਸਹਾਰਾ ਲੈਂਦੇ ਹੋਏ ਦਲ ਖਾਲਸਾ ਅਲਾਇੰਸ ਦੀ ਸਲੇਟ ਦੇ ਅੰਦਰ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਕਵੀ ਦਰਬਾਰ ਜੋ ਕਰਵਾਇਆ ਜਾ ਰਿਹਾ ਹੈ ਉਹਦੇ ਸੰਬੰਧਿਤ ਦੇ ਵਿੱਚ ਦਲ ਖਾਲਸਾ ਵੱਲੋਂ ਜੋ ਪੋਸਟਰ ਰਿਲੀਜ਼ ਕੀਤਾ ਜਾਣਾ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਮੈਂਬਰ ਸਾਹਿਬਾਨਾਂ ਨੂੰ ਮੈਂ ਬੇਨਤੀ ਕਰੂੰਗਾ ਉਹ ਸਟੇਜ ਦੇ ਉੱਪਰ ਆ ਕੇ
ਉਹ ਪੋਸਟਰ ਰਿਲੀਜ਼ ਕਰਨ ਜਦ ਤੱਕ ਸਾਡੇ ਪ੍ਰਬੰਧਕ ਵੀ ਸਟੇਜ 'ਤੇ ਸਹਿਯੋਗਤ ਹੋਣਗੇ। ਮੈਂ ਦੋ ਲਾਈਨਾਂ ਆਪ ਜੀ ਦੇ ਸਨਮੁਖ ਕਰੂੰਗਾ। ਦੀਵਾ ਤੇਲ ਪਾ ਕੇ ਸਭ ਬਾਲਦੇ ਨੇ, ਸਿੱਖੀ ਦੀਪ ਜਗਾਉਣਾ ਬੜਾ ਔਖਾ, ਥਾਂ ਘਿਓ ਦੀ ਪਾ ਕੇ ਖੂਨ ਚਰਬੀ, ਤੱਤੀ ਤਵੀ ਤੇ ਬੈਠ ਜਾਣਾ ਬੜਾ ਔਖਾ। ਮਣੀ ਸਿੰਘ ਜੀ ਵਾਂਗਰਾਂ ਸਾਥ ਰਹਿ ਸਾਥ ਰਹਿ ਕੇ ਬੰਦ ਬੰਦ ਕਟਵਾਉਣਾ ਬੜਾ ਔਖਾ, ਗੱਲਾਂ ਕਰਨੀਆਂ ਸੰਗਤ ਜੀ ਬਹੁਤ ਸੌਖੀਆਂ, ਸ਼ੀਸ ਤਲੀ ਤੇ ਟਕਾਉਣਾ ਬਹੁਤ ਔਖਾ, ਸ਼ੀਸ ਤਲੀ ਤੇ ਟਕਾਉਣਾ ਬਹੁਤ ਔਖਾ। ਮੈਂ ਸਮੂਹ ਸੰਗਤ ਨੂੰ ਬੇਨਤੀ ਕਰੂੰਗਾ ਵੀ ਜਕਾਰੇ ਦੇ ਜੋਸ਼ ਦੇ ਵਿੱਚ ਅੱਜ ਦਾ ਜੋ ਪੋਸਟਰ ਸਾਲ 1984 ਨੂੰ ਸਮਰਪਿਤ ਆਪਾਂ ਰਿਲੀਜ਼ ਕਰ ਰਹੇ ਹਾਂ, ਬੁਲਾਓ ਜਕਾਰਾ ਜੋ ਬੋਲੇ ਸੋ ਨਿਹਾਲ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰੂੰਗਾ ਕੁਲਦੀਪ ਸਿੰਘ ਜੀ ਢੀਂਡਸਾ ਜੋ ਸਟੇਜ ਦੀ ਅਗਲੀ ਕਾਰਵਾਈ ਆ ਉਹਨੂੰ ਜਾਰੀ ਰੱਖਣ।